ਅਸੀਂ ਇਹ ਜਾਣਦੇ ਹਾਂ ਕਿ ਕੋਈ ਵੀ ਦੁਨੀਆ ਦਾ ਟੈਸਟ ਹੈ ਉਸ ਦੇ ਇਹ ਫੁੱਲ ਜਿੰਨੇ ਕੁਐਸਚਨ ਨੇ ਉਹਨੇ ਵਿੱਚੋਂ ਕੋਈ ਵੀ ਅਜਿਹਾ ਵਿਅਕਤੀ ਨਹੀਂ ਹੈ ਕਿ ਉਹ ਸਾਰੇ ਮਾਰਕਸ ਗੇਨ ਕਰ ਸਕੇ। ਫੋਰ ਐਗਜ਼ਾਮਪਲ ਬੀ ਐਡ ਐਂਟਰੈਂਸ ਟੈਸਟ ਵਿੱਚ 150 ਵਿੱਚੋਂ ਕੋਈ ਵੀ ਅਜਿਹਾ ਨਹੀਂ ਹੈ 150 ਮਾਰਕਸ ਵੀ ਲੈ ਸਕੇ ਔਰ ਕੋਈ ਅਜਿਹਾ ਨਹੀਂ ਹੈ ਜਿਸ ਨੂੰ 150 ਦੇ 50 ਰਾਈਟ ਆਨਸਰ ਪਤਾ ਹੋਣਗੇ। ਇਟ ਮੀਨਸ ਜਦੋਂ ਨੈਗੇਟਿਵ ਮਾਰਕਿੰਗ ਨਹੀਂ ਹੈ, ਸਾਡੇ ਬੀ ਐਡ ਐਂਟਰੈਂਸ ਟੈਸਟ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਹੈ, ਮਤਲਬ ਕਿ ਤੁਸੀਂ ਗੈਸ ਵਰਕ ਲਗਾਉਂਦੇ ਹੋ ਤਾਂ ਜੋ ਠੀਕ ਲੱਗਦਾ ਹੈ ਜਾਂ ਗਲਤ ਲੱਗਦਾ ਹੈ, ਗਲਤ ਲੱਗਣ 'ਤੇ ਉਸਦੇ ਮਾਰਕਸ ਕੱਟੇ ਨਹੀਂ ਜਾਣਗੇ। ਇਸ ਰੂਲ ਦਾ ਫਾਇਦਾ ਉਠਾਇਆ ਜਾ ਸਕਦਾ ਹੈ, ਅਸੀਂ ਗੈਸ ਵਰਕ ਇਨਕਰੀਜ਼ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਅਸੀਂ 150 ਕੁਐਸਚਨ ਦੀ ਕਿਸੇ ਦੀ ਤਿਆਰੀ ਘੱਟ ਹੈ, ਕਿਸੇ ਦੀ ਤਿਆਰੀ ਵੱਧ ਹੈ, 150 ਵਿੱਚੋਂ ਮੰਨ ਲਓ ਸਾਨੂੰ 80 ਕੁਐਸਚਨ ਆਉਂਦੇ ਆ, ਤੁਸੀਂ ਕਰ ਲਏ ਆ, ਸ਼ੋਰ ਹੋ, ਬਾਕੀ 70 ਕੁਐਸਚਨ ਸਾਨੂੰ ਨਹੀਂ ਆਉਂਦੇ, ਜਾਂ ਕੋਈ ਅੱਛੀ ਤਿਆਰੀ ਹੈ 100 ਕੁਐਸਚਨ ਆਉਂਦੇ ਆ, 50 ਕੁਐਸਚਨ ਨਹੀਂ ਹੈ, ਜੇ ਕੋਈ ਇਸ ਤੋਂ ਵੀ ਅੱਛਾ ਹੈ ਤਾਂ 120 ਕੁਐਸਚਨ ਮੰਨ ਲਓ ਆਉਂਦੇ ਆ, 30 ਕੁਐਸਚਨ ਦੇ ਗੈਸ ਲਗਾਉਣੇ ਆ, ਅਤੇ ਉਹ ਗੈਸ ਕਿਹੜਾ ਕਿੱਥੇ ਲਗਾਉਣਾ ਹੈ ਉਹ ਲਰਨ ਕਰਨਾ ਜ਼ਰੂਰੀ ਹੈ, ਕਿਉਂਕਿ ਲਾਰਜ ਨੰਬਰ ਆਫ ਕੁਐਸਚਨ ਆਰ ਬੇਸਡ ਔਨ ਗੈਸ ਵਰਕ। ਇਹ ਜਿਹੜਾ ਵੀਡੀਓ ਹੈ, ਜਦੋਂ ਤੁਹਾਡੇ ਬਾਕੀ ਰੈਸ਼ਨਲ ਗੈਸ ਦਿਮਾਗ ਨਾਲ ਸੋਚੇ ਸੀ, ਦੋ ਆਪਸ਼ਨ ਪਤਾ ਸੀ, ਦੋ ਆਪਸ਼ਨ ਡਿਲੀਟ ਕਰ ਦਿੱਤੀਆਂ, ਜਾਂ ਮੈਂ ਜਿਹੜੀਆਂ ਰੋਂਗ ਸੀ ਉਹਨੂੰ ਡਿਲੀਟ ਕੀਤਾ, ਰਾਈਟ ਆਨਸਰ 'ਤੇ ਪਹੁੰਚ ਗਿਆ, ਰਾਈਟ ਆਨਸਰ ਵੈਸੇ ਨਹੀਂ ਸੀ ਪਤਾ, ਸੋ ਜਿਹੜੀਆਂ ਦੂਸਰੀਆਂ ਵੀਡੀਓ ਕੱਢੀਆਂ, ਔਡ ਮੈਨ ਆਊਟ ਹੈ, ਸ਼ਾਇਦ ਲੌਂਗ ਟੇਲ ਵਾਲੀ ਹੈ, ਹੋਰ ਮੇਰੇ ਖਿਆਲ ਟੂ ਓਪੋਜ਼ਿਟ ਵਾਲੀ ਹੈ, ਕਾਫੀ 12-13 ਇਹ ਨੁਕਤੇ ਨੇ, ਅਤੇ ਉਹਨਾਂ ਵਿੱਚੋਂ ਇਸ ਵੀਡੀਓ ਦਾ ਸੰਬੰਧ ਉਦੋਂ ਹੈ ਜਦੋਂ ਇਹ ਬਾਕੀ ਸਾਰੇ ਨੁਕਤੇ ਕੰਮ ਨਹੀਂ ਕਰਦੇ। ਮਤਲਬ ਤੁਸੀਂ ਓ ਐੱਮ ਆਰ ਸ਼ੀਟ ਤੁਹਾਡੇ ਕੋਲ ਹੈ, ਤੁਸੀਂ 150, 80, 120, 130, 140 ਕੁਐਸਚਨ ਅਟੈਂਪਟ ਕਰ ਚੁੱਕੇ ਹੋ ਔਰ ਤੁਹਾਡੇ ਕੋਲ ਓ ਐੱਮ ਆਰ ਸ਼ੀਟ ਪਈ ਹੈ, ਓ ਐੱਮ ਆਰ ਸ਼ੀਟ 'ਤੇ ਤੁਹਾਡੇ ਟਿੱਕ ਲੱਗੇ ਹੋਏ ਨੇ। ਹੁਣ ਜਿਹੜੇ ਉਹ ਖਾਲੀ ਬਚਦੇ ਨੇ, ਰੀਜ਼ਨਿੰਗ ਕੋਈ ਨਹੀਂ ਬਚੀ, ਨੌਲੇਜ ਕੋਈ ਨਹੀਂ ਬਚੀ, ਤੁੱਕਾ ਕੋਈ ਨਹੀਂ ਬਚਿਆ ਜਿਸ ਨਾਲ ਉਹ ਆਂਸਰ ਦਿੱਤਾ ਜਾ ਸਕੇ, ਅਤੇ ਲਾਸਟ 'ਤੇ ਨੋਰਮਲੀ ਜਿਹੜੇ ਯੂਜ਼ ਹੁੰਦੇ ਆ ਫੁੱਟਪ੍ਰਿੰਟ ਦਾ ਪ੍ਰਿੰਸੀਪਲ ਯੂਜ਼ ਕੀਤਾ ਜਾ ਸਕਦਾ ਹੈ। ਵੈਸੇ ਫੁੱਟਪ੍ਰਿੰਟ ਦਾ ਪ੍ਰਿੰਸੀਪਲ ABCD ਅਪਰੋਚ ਦੇ ਨਾਲ ਯੂਜ਼ ਕਰਨਾ ਚਾਹੀਦਾ ਹੈ। ਨੈਕਸਟ ਵੀਡੀਓ ਵਿੱਚ ਛੋਟਾ ਜਿਹਾ ਹੋਏਗਾ, ਉਹ ਵੀ ਨਾਲ ਦੇਖ ਸਕਦੇ ਹੋ, ਇਹ ਯੂਜ਼ ਕਿੱਦਾਂ ਹੋਣਾ ਚਾਹੀਦਾ ਹੈ। ਨੋਰਮਲੀ ਫੁੱਟਪ੍ਰਿੰਟ ਦਾ ਮਤਲਬ ਕੀ ਹੈ ਕਿ ਪੈਰਾਂ ਦੇ ਨਿਸ਼ਾਨ ਨੇ, ABCD ਸਾਡੇ ਕੋਲ ਆਪਸ਼ਨ ਨੇ, ABCD ਆਪਸ਼ਨ ਦੇ ਵਿੱਚੋਂ ਰੈੱਡ ਕਲਰ ਲੈ ਲਿਆ ਮੈਂ ਇੱਥੇ। ਕਦੇ ਵੀ ਇੱਦਾਂ ਨਹੀਂ ਹੁੰਦਾ ਕਿ ਇੱਕ ਤੋਂ ਮੈਂ ਕਦੇ ਵੀ ਕਹਿ ਦਿੱਤਾ ਇਹ ਗਲਤ ਹੈ, ਕਿ ਮੋਸਟਲੀ ਇੱਦਾਂ ਨਹੀਂ ਹੁੰਦਾ ਕਿ ਜੇ ਪਹਿਲਾ ਰਾਈਟ ਆਨਸਰ ਸੀ ਹੈ ਤਾਂ ਉਸ ਤੋਂ ਅਗਲਾ ਵੀ ਸੀ ਹੋਏਗਾ, ਠੀਕ। ਸੋ ਜੇ ਇੱਦਾਂ ਹੁੰਦਾ ਹੈ ਇਟ ਮੀਨਸ ਫੁੱਟਪ੍ਰਿੰਟ ਹੈ, ਪਰ ਲਾਰਜਲੀ ਮੈਂ ਇਹ ਜਨਰਲੀ ਕਹਿ ਸਕਦਾ ਹਾਂ 70% ਇੱਦਾਂ ਨਹੀਂ ਹੁੰਦਾ ਕਿ ਲਗਾਤਾਰ ਜਵਾਬ ਸੇਮ ਆਪਸ਼ਨ ਦੇ ਪਾਏ ਜਾਣ। ਪਰ ਸਾਡਾ ਮਤਲਬ ਬੀ ਐਡ ਐਂਟਰੈਂਸ ਟੈਸਟ ਨਾਲ ਹੈ, ਉਸਦਾ ਅਨਾਲਿਸਿਸ ਕੀਤਾ ਹੈ, ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ। ਪਹਿਲਾਂ ਇਹ ਸਮਝ ਲਈਏ ਕਿ ਫੁੱਟਪ੍ਰਿੰਟ ਕਿੰਨੀ ਤਰ੍ਹਾਂ ਦੇ ਹੁੰਦੇ ਹਨ। ਫੁੱਟਪ੍ਰਿੰਟ ਇੱਕ ਹੁੰਦਾ ਹੈ ਡਬਲ, ਕਿ ਇੱਕ ਤੋਂ ਬਾਅਦ ਦੂਸਰਾ ਡਬਲ ਸੇਮ ਆਪਸ਼ਨ ਹੈ, ਮੰਨ ਲਓ ਸੀ ਤੋਂ ਬਾਅਦ ਸੀ ਆ ਗਿਆ, ਬੀ ਤੋਂ ਬਾਅਦ ਬੀ ਆ ਗਿਆ, ਕਿਸੇ ਵੇਲੇ 3 ਵੀ ਹੁੰਦੇ ਨੇ, 1, 2, 3, ਇਹਦੇ ਇਸ ਐਗਜ਼ਾਮਪਲ ਵਿੱਚ ਏ 6ਵੇਂ ਦਾ ਵੀ ਏ ਹੈ, 7ਵੇਂ ਦਾ ਵੀ ਏ ਹੈ, 8ਵੇਂ ਦਾ ਵੀ ਏ ਹੈ, ਇਹ 3 ਹੈ। ਇਸ ਤੋਂ ਇਲਾਵਾ 4 ਵੀ ਹੋ ਸਕਦੇ ਨੇ, 4 ਦੀ ਆਪਸ਼ਨ ਵੀ ਹੈ ਕਿ 1, 2, 3, 4 ਲਗਾਤਾਰ 4 ਆਪਸ਼ਨ ਸੇਮ ਹੈ, 5 ਵੀ ਹੋ ਸਕਦੇ ਨੇ, ਪਰ ਪ੍ਰੋਬੇਬਿਲਿਟੀ 2 ਦੇ ਹੋਣ ਦੀ ਚਾਂਸ ਸਭ ਤੋਂ ਜ਼ਿਆਦਾ ਹੁੰਦੀ ਹੈ। ਉਸ ਤੋਂ ਇਲਾਵਾ ਥੋੜ੍ਹੀ ਜਿਹੀ ਕਿਤੇ ਮਤਲਬ ਤੁਸੀਂ ਲਾ ਲਓ ਕਿ 100 ਦੇ ਵਿੱਚੋਂ 3-4 ਨੋਰਮਲੀ ਇਹ ਸਿਧਾਂਤ ਹੈ ਕਿ 3 ਲਗਾਤਾਰ ਸਹੀ ਹੋਣਗੇ, ਪਰ ਸਾਡਾ ਅਨਾਲਿਸਿਸ ਕੀ ਕਹਿੰਦਾ ਹੈ ਕਿ ਕੀ ਸੱਚਮੁੱਚ ਹੀ ਜਿਹੜੇ ਹੈ ਲਗਾਤਾਰ ਆਪਸ਼ਨ ਨਹੀਂ ਹੁੰਦੇ। ਜੇ ਫੁੱਟਪ੍ਰਿੰਟ ਹੁੰਦਾ ਹੈ ਤਾਂ ਉਹ ਕਿਹੜਾ ਹੁੰਦਾ ਹੈ, ਸਾਡਾ ਸੰਬੰਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੇਪਰ ਹੋਏ ਨਾਲ ਹੈ, ਉਹਦਾ ਅਨਾਲਿਸਿਸ ਕੀ ਕਹਿੰਦਾ ਹੈ ਜਿਹੜਾ ਮੈਂ ਕੀਤਾ। ਪਹਿਲਾਂ ਉਹ ਅਨਾਲਿਸਿਸ ਮੇਰੇ ਹਿਸਾਬ ਨਾਲ ਦੇਖ ਲਈਏ ਕਿ ਪਹਿਲਾਂ ਅਸੀਂ ਇਹ ਦੇਖ ਲਈਏ, ਚਲੋ ਪਹਿਲਾਂ ਇਹ ਦੇਖ ਲੈਂਦੇ ਹਾਂ ਕਿ ਫੁੱਟਪ੍ਰਿੰਟ 1, 2, 3 ਇਹ ਗੱਲ ਹੋ ਚੁੱਕੀ ਹੈ, ਇਹ 1-2 ਫੁੱਟਪ੍ਰਿੰਟ ਲਗਾ ਕੇ ਦੇਖਦੇ ਹਾਂ। ਇਹ ਇੱਕ ਐਗਜ਼ਾਮਪਲ ਰੱਖੀ ਹੈ, ਮੈਂ ਰੈੱਡ ਪੈਨ ਲੈ ਲਿਆ ਹੈ, ਫੋਰ ਐਗਜ਼ਾਮਪਲ 1 ਦਾ ਬੀ ਸੀ, 2nd ਦਾ ਸੀ ਹੈ, 3rd ਦਾ ਏ ਹੈ, ਇਹ ਤੁਸੀਂ ਪੇਪਰ ਅਟੈਂਪਟ ਕਰ ਚੁੱਕੇ ਹੋ, ਲਾਸਟ 5, 2, 3 ਮਿੰਟ ਬਚੇ ਹੈ, 4th ਤੁਸੀਂ ਛੱਡ ਦਿੱਤਾ, ਇਹ ਡਿਫੀਕਲਟ ਲੱਗਾ ਸੀ, ਸੋਲਵ ਵੀ ਨਹੀਂ ਹੋਇਆ, ਹੁਣ ਤੁੱਕਾ ਲਗਾਉਣਾ ਹੈ, ਇਹ ਪਿਛਲਾ 5ਵਾਂ ਤੁਹਾਨੂੰ ਲੱਗਦਾ ਹੈ ਠੀਕ ਹੈ, ਤੁਹਾਨੂੰ ਲੱਗਦਾ ਠੀਕ ਹੈ, ਤੁਹਾਨੂੰ ਲੱਗਦਾ ਠੀਕ ਹੈ। ਇੱਕ ਗੱਲ ਸਮਝ ਲੈਣਾ, ਫੁੱਟਪ੍ਰਿੰਟ ਦਾ ਪ੍ਰਿੰਸੀਪਲ ਉੱਥੇ ਬੜਾ ਵਧੀਆ ਅਪਲਾਈ ਹੁੰਦਾ ਹੈ ਜਿਸ ਦੀ ਤੁਰੀ ਤਿਆਰ ਰਹੀ ਹੈ, ਕਿਉਂਕਿ ਉਸਨੂੰ ਸ਼ੋਰਟ ਹੀ ਹੁੰਦੀ ਹੈ ਕਿ ਮੇਰੇ ਠੀਕ ਨੇ, ਜੇਕਰ ਇਹ ਠੀਕ ਨੇ
ਤਾਂ ਨਾਰਮਲ ਫੁੱਟਪ੍ਰਿੰਟ ਦਾ ਪ੍ਰਿੰਸੀਪਲ ਕੀ ਕਹਿੰਦਾ ਹੈ ਕਿ ਇੱਧਰ ਵੀ ਇੱਕ ਅਗਲਾ ਕਵਰ ਕੀਤਾ ਹੈ, ਇੱਧਰ A ਨੇ ਕਵਰ ਨੂੰ ਕਰ ਇਹਨੇ ਕਰ ਲਿਆ ਹੈ, ਇਸਨੇ D ਨੂੰ ਕਵਰ ਕਰ ਲਿਆ ਹੈ, ਸੈਂਟਰ ਵਾਲਾ ਪੋਰਸ਼ਨ ਮੇਰੇ ਕੁਐਸਚਨ ਦਾ B ਤੇ C ਬਚਦਾ ਹੈ। ਦੂਸਰਾ ਇਹਦੇ ਵਿੱਚ ਨਾਲ A B C D ਅਪਰੋਚ ਐਡ ਕੀਤੀ ਜਾ ਸਕਦੀ ਹੈ, ਜਿਹੜੀ ਇਹ ਕਹਿੰਦੀ ਹੈ ਕਿ B ਤੇ C ਦੀ ਸੰਭਾਵਨਾ A ਤੇ D ਨਾਲੋਂ ਸਹੀ ਹੋਣ ਦੀ ਜ਼ਿਆਦਾ ਹੁੰਦੀ ਹੈ। ਇਹ ਦੂਜਾ ਪ੍ਰਿੰਸੀਪਲ ਅਲੱਗ ਤੋਂ ਵੀਡੀਓ ਹੋਏਗਾ ਕਿਉਂਕਿ ਐਨਾਲਿਸਿਸ ਬੇਸਡ ਹੋਏਗਾ। ਹੁਣ ਅਜਿਹੀ ਸਿਚੁਏਸ਼ਨ ਵਿੱਚ ਫੁੱਟਪ੍ਰਿੰਟ ਪ੍ਰਿੰਟ ਦੇ ਪ੍ਰਿੰਸੀਪਲ ਮੁਤਾਬਕ ਤੁਹਾਡੇ ਕੋਲ 5 ਸੈਕਿੰਡ ਬਚੇ ਹੈ, ਨੈਚੁਰਲੀ ਤੁਸੀਂ B ਤੇ C ਨੂੰ ਚੂਜ਼ ਕਰੋਗੇ। ਇੱਥੇ ਦੇਖੋ ਅਗਲੀ ਐਗਜ਼ਾਮਪਲ ਹੈ, ਇੱਥੇ ਲਗਾਤਾਰ B ਹੈ, ਅੱਗੇ ਵੀ B ਹੈ, ਇਹਨੂੰ ਧਿਆਨ ਨਾਲ ਦੇਖੋ। ਇਹ ਹੋਰ ਐਗਜ਼ਾਮਪਲ ਹੈ, ਕੇਸ ਦੂਸਰਾ ਹੈ, B ਉੱਤੇ ਠੀਕ ਹੈ, ਥੱਲੇ ਵੀ ਠੀਕ ਹੈ। ਇਟ ਮੀਨਸ ਇੱਥੇ ਬੇਸ਼ੱਕ B ਉਹ ਹੈ, ਤੇ ਸੰਭਾਵਨਾ ਕੀ ਰਹੇਗੀ ਤੁਹਾਡੀ ਕਿ ਤੁਸੀਂ B ਨੂੰ ਨਾ ਚੂਜ਼ ਕਰੋ। ਨੰਬਰ 2, ਜੇ ਤੁਹਾਡੀ ਤਿਆਰੀ ਘੱਟ ਹੈ ਤੇ ਫਿਰ ਇਹ ਸੰਭਾਵਨਾ ਹੈ ਕਿ ਤੁਸੀਂ B ਨੂੰ ਨਾ ਚੂਜ਼ ਕਰਕੇ C ਨੂੰ ਚੂਜ਼ ਕਰ ਲਓ, ਹੈ ਨਾ। ਸਿੰਪਲ ਨੁਕਤਾ ਹੈ, ਜੇ ਬਹੁਤ ਜਲਦੀ ਪਰਸੈਪਸ਼ਨ ਬੇਸਡ ਹੈ, ਅਸੀਂ ਦਿਖਦਾ ਕੀ ਹੈ, ਦਿਖ ਮੈਨੂੰ ਜਲਦੀ ਜਲਦੀ ਕੀ ਰਿਹਾ ਹੈ ਕਿ ਮੇਰਾ D ਬੜਾ ਹੀ ਖਾਲੀ ਜਾ ਰਿਹਾ ਹੈ। ਪਰ ਇਹ ਪ੍ਰਿੰਸੀਪਲ ਕਹਿੰਦਾ ਹੈ, ABCD ਦਾ ਦੂਸਰੀ ਵੀਡੀਓ 'ਚ ਐਨਾਲਿਸਿਸ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ D ਆਪਸ਼ਨ ਪਿਛਲੇ ਸਾਲਾਂ ਵਿੱਚ ਕਿੰਨੇ ਪਰਸੈਂਟ ਪੇਪਰ ਸੈਟਰ ਨੇ D ਨੂੰ ਚੂਜ਼ ਕੀਤਾ, ਕਿੰਨੇ ਪਰਸੈਂਟ ਪੇਪਰ ਨੇ C ਨੂੰ ਚੂਜ਼ ਕੀਤਾ, ਕਿੰਨੇ ਪਰਸੈਂਟ ਪੇਪਰ ਸੈਟਰ ਨੇ B ਨੂੰ ਅਤੇ A ਨੂੰ ਚੂਜ਼ ਕੀਤਾ। ਸੋ ਇਹ D ਸਭ ਤੋਂ ਜ਼ਿਆਦਾ ਖਾਲੀ ਜਾ ਰਿਹਾ ਹੈ, ਇੱਧਰ A ਭਰਿਆ ਹੈ, ਇਹ C ਭਰਿਆ ਹੈ, ਇਹ B ਭਰਿਆ ਹੈ। ਜਲਦੀ ਨਾਲ ਕੋਸ਼ਿਸ਼ ਇਹ ਹੋਏਗੀ ਕਿ ਮੈਂ ਇਹਦਾ ਜਾਂ ਤਾਂ C, ਕਿਉਂਕਿ C ਵੀ ਘੱਟ ਹੈ, ਔਰ D ਇਹ ਲਗਾ ਦੇਵਾਂ, ਜੇ ਮੈਨੂੰ ਆਪਸ਼ਨ ਜਿਹੜੀਆਂ 4 ਹੈ ਉਹਦੇ ਵਿੱਚ ਕੁਛ ਵੀ ਨਹੀਂ ਪਤਾ ਲੱਗ ਰਿਹਾ। ਜੇ ਕੁਛ ਨਹੀਂ ਹੈ, ਇਸ ਤੋਂ ਇਲਾਵਾ ਗੈਸ ਜਿਹੜਾ ਲੌਂਗ ਟੇਲ ਵਾਲਾ ਵੀਡੀਓ ਹੈ ਜਾਂ ਤੁਹਾਡਾ ਡਿਜੀਟਲ ਜੇ ਕੁਐਸਚਨ ਹੈ, ਤੇ ਉਹ ਦੋ ਵੀਡੀਓ ਜਿਹੜੇ ਆਏ ਨੇ ਡਿਜੀਟਲ ਕੁਆਂਟੀਟੇਟਿਵ ਨੰਬਰ ਆਰਡਰ ਬੇਸਡ ਕਰਕੇ ਆਏਗਾ, ਹੈ ਨਾ। 5 ਸੈਕਿੰਡ ਵਿੱਚ ਸੋਲਵ ਕਰੋ, ਫਿਰ ਉਹਦਾ ਪਹਿਲਾਂ ਇਸ ਤੋਂ ਪ੍ਰਯੋਗ ਕੀਤਾ ਜਾਏਗਾ। ਇਹ ਪ੍ਰਯੋਗ ਬਿਲਕੁਲ ਲਾਸਟ 'ਤੇ ਹੋਣਾ ਕਿ ਉਹ ਵੀ ਬਿਲਕੁਲ ਇਕੁਅਲ ਵਾਲੇ ਹੈ, ਚੱਲਦੇ ਨਹੀਂ ਹੈ, ਲੌਂਗ ਟੇਲ ਕੋਈ ਨਹੀਂ ਹੈ ਔਰ ਡਿਜੀਟਲ ਨਹੀਂ ਹੈ, ਫਿਰ ਤੁਸੀਂ ਇਹਦੇ ਵਿੱਚੋਂ ਚੂਜ਼ ਕਰੋਗੇ। ਇਹ ਹਰ ਹਾਲਤ ਵਿੱਚ ਅਤੇ ਲਗਭਗ ਹਰ BEd ਦੇ ਐਂਟਰੈਂਸ ਟੈਸਟ ਦੇ ਵਿਦਿਆਰਥੀ ਨੂੰ ਲਾਉਣਾ ਪੈਂਦਾ ਹੈ, ਕੇਸ ਨੰਬਰ 2nd 3rd ਆ ਗਿਆ ਇੱਕ ਤਰ੍ਹਾਂ ਨਾਲ। ਇਹਦੇ ਵਿੱਚ ਆਪਸ਼ਨ ਜੇ ਇਸ ਤਰ੍ਹਾਂ ਹੋਵੇ ਤਾਂ ਕੀ ਕੀਤਾ ਜਾਏਗਾ। ਹੁਣ ਇੱਥੇ ਮੈਨੂੰ ਦਿਖਾਈ ਦੇ ਰਿਹਾ ਹੈ ਕਿ ਮੇਰਾ ਇਹ ਵਾਲਾ ਕੁਐਸਚਨ ਖਾਲੀ ਹੈ, 4 ਨੰਬਰ ਵਿੱਚ ਸੀ ਦੋ ਵਾਰ ਆਪਸ਼ਨ ਆਏ ਹੈ, ਇੱਧਰੋਂ D ਵੀ ਆਪਸ਼ਨ ਆਇਆ ਹੈ, ਬੇਸ਼ੱਕ D ਇਸ ਤੋਂ ਖਾਲੀ ਅੱਗੇ ਜਾ ਰਿਹਾ ਹੈ, ਇੱਧਰ ਖਾਲੀ ਮੇਰਾ B ਉੱਤੇ ਲਗਾਤਾਰ ਜਾ ਰਿਹਾ ਹੈ। ਮੇਰੀ ਇੱਕਦਮ ਟੈਂਡੈਂਸੀ ਕਿ B ਅਤੇ C ਜ਼ਿਆਦਾ ਹੁੰਦੇ ਨੇ, ਮੈਂ B ਨੂੰ ਇੱਥੇ ਚੂਜ਼ ਜ਼ਿਆਦਾ ਕਰਾਂਗਾ ਇਸ ਤਰ੍ਹਾਂ। ਕਾਰਨ ਕੀ ਹੈ ਕਿ ਇੱਥੇ ਖਾਲੀ ਜ਼ਿਆਦਾ B ਰਹਿ ਰਿਹਾ ਹੈ, ਮੈਂ ਉਸਨੂੰ ਭਰ ਦਿੱਤਾ ਹੈ। ਜੇ ਤਿਆਰੀ ਘੱਟ ਹੈ ਤਾਂ ਤੁਸੀਂ ਰੈਪੀਟੀਸ਼ਨ ਵੀ ਕਰੋਗੇ। ਦੂਸਰਾ ਹੁਣ ਇੱਕ ਵਿੱਚ ਇਹ ਦੇਖ ਲਈਏ, ਕੇਸ ਵਿੱਚ ਹੀ ਛੱਡਣ ਲੱਗਾ ਹਾਂ, ਕਿਉਂਕਿ ਇਹ ਜਿਹੜੀ ਆਪਸ਼ਨ ਮੈਂ ਇਹ ਚੂਜ਼ ਕਰ ਰਿਹਾ ਹਾਂ, ਇਸ ਦੀ ਵੈਲਿਡਿਟੀ ਸਾਡੇ BEd ਐਂਟਰੈਂਸ ਟੈਸਟ ਦੇ ਵਿਚਕਾਰ ਵੱਧ ਜਾਵੇ, ਉਸ ਨੂੰ ਦੇਖਣ ਲਈ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ 2017 ਅਤੇ 2022 ਦੀ ਗੱਲ ਕਰਦੇ ਹਾਂ ਕਿਉਂਕਿ ਜ਼ਿਆਦਾ ਟਾਈਮ ਨਹੀਂ ਹੈ। 2022 ਦਾ BEd ਐਂਟਰੈਂਸ ਟੈਸਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਜਿਹੜਾ ਕੰਡਕਟ ਕੀਤਾ ਗਿਆ ਸੀ, ਇਹ ਦਿਖਾਈ ਦੇ ਰਿਹਾ ਹੋਏਗਾ ਮੇਰੇ ਖਿਆਲ 'ਚ, ਜੇ ਨਹੀਂ ਤਾਂ ਮੈਂ ਚਲੋ ਖੈਰ, ਇਹ ਹੈ A, ਮੈਂ ਲਿਖ ਦਿੰਦਾ ਦੁਆਰਾ B, C, D 4 ਆਪਸ਼ਨ ਜਿਹੜੀਆਂ ਹੁੰਦੀਆਂ ਹਨ। ਟੋਟਲ ਨੰਬਰ ਆਫ ਕੁਐਸਚਨ 150, 4 ਸੈੱਟ, 5 ਸੈੱਟ, 5 ਸੈਕਸ਼ਨ ਹੈ ਜਿਹੜੇ, ਉਹਨਾਂ 150 ਕੁਐਸਚਨਾਂ ਵਿੱਚ 150 ਕੁਐਸਚਨਾਂ 'ਚ ਗੱਲ ਹੋ ਰਹੀ ਹੈ A ਆਪਸ਼ਨ ਦੇ ਫੁੱਟਪ੍ਰਿੰਟ, ਫੁੱਟਪ੍ਰਿੰਟ ਕਿਹੜੇ, 2 ਵਾਲੇ, ਜਿਵੇਂ AA, ਇਹਦੇ ਵਿੱਚ AA ਇੱਕ ਵਾਰ ਆਇਆ, AA ਦੂਜੀ ਵਾਰ ਆਇਆ, AA ਤੀਜੀ ਵਾਰ ਆਇਆ, ਠੀਕ ਹੈ। ਕੁਐਸਚਨ ਨੰਬਰ ਵੀ ਇੱਥੇ ਲਿਖੇ ਗਏ ਆ, 18 ਜਿਹੜਾ ਮੇਰੇ ਕੋਲ ਸੈੱਟ ਸੀ, 18 ਅਤੇ 19 ਦੋਨਾਂ ਦਾ ਜਵਾਬ A ਸੀ, 91 ਅਤੇ 92 ਦੋਨਾਂ ਦਾ ਜਵਾਬ A ਸੀ, 132 ਅਤੇ 133 ਦੋਨਾਂ ਦਾ ਜਵਾਬ A ਸੀ। ਕਹਿਣ ਦਾ ਭਾਵ ਹੈ ਕਿ A ਦੇ ਸਿਰਫ 3 ਫੁੱਟਪ੍ਰਿੰਟ ਆਏ ਨੇ ਡਬਲ ਵਾਲੇ, ਇਟ ਮੀਨਸ ਡਬਲ ਵਾਲੇ ਫੁੱਟਪ੍ਰਿੰਟ ਰਿਪੀਟ ਹੋਣ ਦੀ ਸੰਭਾਵਨਾ ਹੈ, 3 ਵਾਲੇ ਨਹੀਂ ਹੈ, A ਦੇ ਵਿੱਚ 3 ਵਾਲਾ ਕੋਈ ਵੀ ਨਹੀਂ ਹੈ, 4 ਵਾਲਾ ਕੋਈ ਨਹੀਂ ਹੈ। ਹੁਣ ਦੇਖਦੇ ਹਾਂ ਕਿ ਵੈਸੇ ਪਰਸੈਪਸ਼ਨ ਸਾਫ਼ ਦੱਸ ਰਹੀ ਹੈ ਕਿ B ਦਾ ਫੁੱਟਪ੍ਰਿੰਟ ਸਭ ਤੋਂ ਜ਼ਿਆਦਾ ਆ ਰਹੇ ਨੇ। ਦੂਸਰਾ ਪ੍ਰਿੰਸੀਪਲ ਇਹ ਵੀ ਕਹਿ ਰਿਹਾ ਹੈ ਕਿ B ਆਪਸ਼ਨ ਰਿਲੇਟਿਵਲੀ ਚੂਜ਼ ਵਰਲਡਵਾਈਡ ਜ਼ਿਆਦਾ ਕੀਤੀ ਜਾਂਦੀ ਹੈ। ਅਸੀਂ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੇਖਿਆ ਹੈ, ਉਹਦੇ ਵਿੱਚ ਫੁੱਟਪ੍ਰਿੰਟ ਤਾਂ ਸਾਫ਼ ਕਹਿ ਰਹੇ ਨੇ, 10ਵਾਂ ਅਤੇ 11ਵਾਂ ਕੁਐਸਚਨ ਦਾ ਜਵਾਬ B ਸੀ, 2। ਧਿਆਨ ਨਾਲ ਦੇਖਣਾ, ਸਿਰਫ 4 ਯਾਨੀ ਇਹਦੇ ਵਿੱਚ ਵੀ ਆਇਆ ਹੈ, C ਵਿੱਚ ਵੀ 4
चार फुटप्रिंट मीनिंग 14वां क्वेश्चन 15वां 16वां 17वां ओके चार जिहड़े फुटप्रिंट है बीच पाए गए है फिर 31वां 32वां फुटप्रिंट पाया गया 43वां 46वां 43 44 45 ओके तीन जिहड़े ने ए फुटप्रिंट पाए गए है दो दा अगे 48 49 फिर दो दा 58 49 और दो दा 78 79 फिर दो दा 79 90 फिर 97 98 फिर 120 22 फिर तीन दा आ रहा है 120 21 22 और 128 29 30 और 135 36 हुण किन्ने फुटप्रिंट 1 2 3 4 5 6 7 8 9 10 11 12 12 फुटप्रिंट है जो बी दे आए ने इहदे सिर्फ तीन ने इट मीनस ये की दस रहा है ये पेपर सेटर दे ए बी सी डी चो ऑप्शन करैक्ट ऑप्शन चूज करन दी टेंडेंसी नू दस रहा है मैं सिर्फ वो तुहाडे सामने अगे रखना चाहुंदा सी क्योंकि साइकोलॉजिस्ट हां ये एनालिसिस मैं बड़ी देर दे कर रहा हां रिसर्च विच इत्थे हुण तुहाडे सामने रख रहा हां बड़ा इंटरेस्टिंग है सो सब तो ज्यादा इत्थे तीन है चार गुणा वध टेंडेंसी बी दी फुटप्रिंट दी है इट मीनस जे किते बी ऑप्शन है ते ओ अगे जाके देखदे आं रिहर्सल करदे आं ते प्रेफरेंस असी जे कोई ओ नहीं हो रहा ते बी नू चूज करन दे चांसेस जां फुटप्रिंट दे चांसेस ज्यादा वध जांदे ने दूजी गल इन्हां 12 दे विचों दो वाले की चार वाला भी एक है तीन वाले एक दो तीन तीन भी लगातार हैं ठीक है चार वाला एक है सो ए बाकी ए सी ते डी नालों फुटप्रिंट दी टेंडेंसी बी विच पिछले साल वध आई है मैं सिर्फ ये दसना चाहता मैं ये नहीं कहांगा कि तुसी बी नू चुनो ये तुहाडा खुद का डिसीजन ते एनालिसिस ते एप्लीकेशन होएगी मेरी कोई जिम्मेवारी नहीं है कि इस बार पेपर विच जे बी दी जगह सी ज़्यादा आ जाता है डी ज़्यादा आ जाता मेरी कोई जिम्मेवारी नहीं है मेरा काम है डाटा कलैक्ट करना डाटा एनालाइज करना और तुहाडे सामने रखना इंटरप्रिटेशन करना उसनों अप्लाई करना है नहीं करना है तुहाडी मर्जी है हुण देखदे हां सी सी नू भी रिलेटिवली कहा जांदा है ये सिद्धांत है कि बी ते सी ज़्यादा चुने जाते हैं पर साडे जिहड़ा है इस विच बी ही डोमीनेट किया है 2022 दे विच इहदे विच दो वाले 54 55 दो वाला फुटप्रिंट 75 76 दो चार वाला फुटप्रिंट 103 4 5 6 और 123 ते 24 दो वाला फुटप्रिंट ठीक सो सी ये सब तो थले ए आया है ए ते डी मन्या जांदा है कि ए घट चूज किए जाते हैं रिपीट किए जाते हैं सो ए बी सी डी वाले चो पता लगेगा सो ये दस रहा है कि इत्थे बी डोमीनेट कर रहा है डी भी दो 25-26 दो 61-62 तीन 63-64-65 नहीं सॉरी 93-94-95 और दो 144-45 ठीक सो ए आ रही नहीं सो इस प्रिंसीपल नू की जिहड़ियां एग्जाम्पल मैं बनाईयां हन उहनां दे विच अप्लाई करन दी कोशिश करांगे क्योंकि बी प्रेफर्ड है पहले नंबर ते रैंक वन ते फुटप्रिंट केड़ा आ रहा है बी ए बी 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 ऑप्शन दूसरे नंबर ते आ रहा है सी ठीक क्योंकि इहदे विच चार आ गए इहदे विच तीन आया है ज़्यादा फर्क नहीं है इहनू वड्डा ना समझा ए लोएस्ट आ रहा है ठीक है सो ये सिद्धांत कि ए ते डी नू चुनन दी टेंडेंसी घट हुंदी है ये गुरु नानक देव यूनिवर्सिटी दे पेपर च 2022 विच सही साबित लगभग हो रही है बी ते सी ज़्यादा चुने जांदे हन ते बी नंबर वन ते ही आंदा है ये भी टेंडेंसी सही साबित हो रही है अगे देखते हाँ कि जिहड़े क्वेश्चन एक दो करने ने वो आपां किवें कर सकते हाँ हुण देखते हाँ कि अजिही सिचुएशन है मेरे को इत्थे मैं 10 क्वेश्चन की एग्जाम्पल ली है पर तुहाडे कोल लंबी शीट होएगी उतों अंदाजा बैटर आएगा क्योंकि फिर पता लग रहा पिछे मान लो कोई बी लगातार ही आ रहे ने पिछले तुहाडे क्वेश्चन दे विच है ना तो उत्थे बी तुसीं अवॉइड भी कर सकते हो अगला पिछला भी चुन सकते हो पर इस जगह विच इत्थे चौथा फिर खाली है बी जा रहा है उत्थे दी टेंडेंसी कि ए बी सी डी चो भी बी ज़्यादा है दैट इज़ वाई इत्थे मैं बी साफ चुनांगा इतने प्रोबेबिलिटी मेरी ज़्यादा बच जाएगी कि बी मेरा राइट आंसर होगा इतने 9वां क्वेश्चन है इतने बी बी इकट्ठे आ गए हुण तुहाडे लई क्रिटिकल है कि डी इतने बिल्कुल नहीं आया ये क्वेश्चन मार्क है इतने गाइडेंस स्पष्ट नहीं दिखाई दे रही तुसी खुद चूज करना होगा जे तुसी कॉन्फिडेंट हो कि आ वाले क्वेश्चन तुहाडे ठीक ने ठीक तो फिर तुसी बी दी जगह ते सी या डी इहदे विचों चूज करो जे तुसी कॉन्फिडेंट नहीं हो है ना फिर तुसी क्योंकि टेंडेंसी बी दी ज़्यादा ठीक होंदी है फिर जे कॉन्फिडेंट घट हो तैयारी घट है पढ़ घट होया है उस एरिया च
ਜਿਹੜਾ ਸੈਕਸ਼ਨ ਚੱਲ ਰਿਹਾ ਹੈ ਫੋਰ ਐਗਜ਼ਾਮਪਲ ਇਹ ਮੈਂਟਲ ਅਬਿਲਿਟੀ ਦਾ ਹੈ ਮੈਂਟਲ ਅਬਿਲਿਟੀ ਮੈਥ ਦੀ ਬੈਕਗ੍ਰਾਉਂਡ ਮੇਰੀ ਨਹੀਂ ਹੈ ਸਟੈਟਸ ਦੀ ਨਹੀਂ ਹੈ ਕੈਲਕੂਲੇਸ਼ਨ ਦੀ ਨਹੀਂ ਹੈ ਅਰਥਮੈਟਿਕ ਵੀਕ ਹੈ ਫਿਰ ਮੈਂ ਕੀ ਕਰਾਂਗਾ ਫਿਰ ਮੇਰਾ ਬੀ ਵੀ ਕਿਉਂਕਿ ਮੈਨੂੰ ਪੋਸੀਬਿਲਿਟੀ ਨਹੀਂ ਹੈ ਠੀਕ ਮੈਂ ਬੀ ਮੇਰਾ ਠੀਕ ਹੋਏਗਾ ਇੱਧਰੋਂ ਬੀ ਠੀਕ ਹੋਏਗਾ ਫਿਰ ਮੈਂ ਇੱਕ ਚਾਂਸ ਵਧਾ ਲੈਂਦਾ ਕਿ ਤਿੰਨ ਬੀ ਹੈ ਇਹਨਾਂ 'ਚੋਂ ਇੱਕ ਤਾਂ ਹੁਣ ਠੀਕ ਹੋਣ ਦੀ ਸੰਭਾਵਨਾ ਵਧੇਰੇ ਹੈ ਇੱਕ ਦੋ ਤਿੰਨ ਇਸ ਲਈ ਮੈਂ ਚੂਜ਼ ਕਰ ਲਿਆ ਠੀਕ ਸੋ ਤੁਹਾਡੀ ਤਿਆਰੀ ਕਿੰਨੀ ਹੈ ਨਹੀਂ ਹੈ ਇਸ ਦਾ ਫਰਕ ਪਏਗਾ ਨਾਲ ਨਾਲ ਹੋਰ ਕੇਸ ਸੋਲਵ ਕਰਦੇ ਹਾਂ ਦੋ ਤਿੰਨ ਫਿਰ ਇਹ ਆ ਗਿਆ ਕਿ ਇੱਥੇ ਰੈਪੀਟੇਸ਼ਨ ਜ਼ਿਆਦਾ ਹੈ ਬੀ ਬੀ ਚੱਲ ਰਿਹਾ ਹੈ ਔਰ ਨੀਚੇ ਬੀ ਖਾਲੀ ਹੈ ਹੈ ਨਾ ਇੱਧਰ ਡੀ ਆਇਆ ਹੈ ਇੱਧਰ ਏ ਆਇਆ ਹੈ ਫਿਰ ਵੀ ਕਿਉਂਕਿ ਫੁੱਟ ਪ੍ਰਿੰਟ ਇੱਥੇ ਆ ਗਿਆ ਹੈ ਆਹ ਦੇਖੋ ਫੁੱਟ ਪ੍ਰਿੰਟ ਆ ਚੁੱਕਾ ਹੈ ਫੁੱਟ ਪ੍ਰਿੰਟ ਤੋਂ ਬਾਅਦ ਪ੍ਰੋਬੇਬਿਲਟੀ ਹੈ ਕਿ ਇਹ ਸੀਨ ਇਹ ਨਹੀਂ ਹੋਏਗਾ ਦੋ ਫੁੱਟ ਪ੍ਰਿੰਟ ਰਿਪੀਟ ਹੋ ਸਕਦੇ ਹੈ ਤੀਜੇ ਵਾਲੇ ਦੀ ਟੈਂਡੈਂਸੀ ਬਹੁਤ ਘੱਟ 150 ਵਿੱਚੋਂ ਉਨੇ ਸਾਨੂੰ ਮਿਲੇ ਆ ਤਿੰਨ ਚਾਰ ਪੰਜ ਕੁ ਮਿਲੇ ਨੇ ਸੋ ਇਹ ਉਹਨੂੰ ਇਗਨੋਰ ਕੀਤਾ ਜਾਵੇ ਦੋ ਵਾਲੇ ਨੂੰ ਤੁਸੀਂ ਅਪਲਾਈ ਕਰ ਸਕਦੇ ਹਾਂ ਸੋ ਇੱਥੇ ਬੀ ਅਤੇ ਸੀ 'ਚੋਂ ਕੋਈ ਚੁਣਿਆ ਜਾ ਸਕਦਾ ਹੈ ਤੁਹਾਡੀ ਮਰਜ਼ੀ ਹੈ ਇਹ 'ਚੋਂ ਕਿਹਨੂੰ ਚੁਣਨਾ ਹੈ ਜ਼ਿਆਦਾ ਸੰਭਾਵਨਾ ਇਹਨਾਂ ਦੇ ਗਲਤ ਹੋਣ ਦੀ ਇਸ ਸਿਚੁਏਸ਼ਨ 'ਚ ਹੋਏਗੀ ਇੱਥੇ ਬੀ ਅਤੇ ਬੀ ਚੱਲ ਰਿਹਾ ਹੈ ਉਹੀ ਗੱਲ ਤਿਆਰੀ ਹੈ ਤਿਆਰੀ ਨਹੀਂ ਹੈ ਤਿਆਰੀ ਨਹੀਂ ਹੈ ਅਤੇ ਬੀ ਨੂੰ ਚੁਣ ਸਕਦੇ ਹੋ ਠੀਕ ਹੈ ਅਦਰਵਾਈਜ਼ ਤੁਸੀਂ ਸੀ ਵੱਲ ਜਾ ਸਕਦੇ ਹੋ ਡੀ ਵੱਲ ਵੀ ਜਾ ਸਕਦੇ ਹੋ ਜੇਕਰ ਤੁਹਾਡੇ ਕੌਨਫੀਡੈਂਸ ਲੈਵਲ ਦੀ ਤੁਹਾਨੂੰ ਜਾਣਕਾਰੀ ਹੈ ਨੌਲੇਜ ਦੀ ਜਾਣਕਾਰੀ ਹੈ ਅਗਲਾ ਕੇਸ ਬਦਲਦਾ ਹੈ ਸੇਮ ਹੁਣ ਕੀ ਹੋਇਆ ਇਹਦੇ ਵਿੱਚ ਕੇਸ ਕੀ ਬਦਲ ਗਿਆ ਕਿ ਇੱਥੇ ਫੁੱਟਪ੍ਰਿੰਟ ਆਏ ਹਨ ਅਤੇ ਪਿੱਛੇ ਵੀ ਜੇ ਮੈਂ ਇਸ ਨੂੰ ਲਗਾਉਣਾ ਹਾਂ ਤਾਂ ਫੁੱਟਪ੍ਰਿੰਟ ਬਣ ਰਿਹਾ ਇਹ ਕ੍ਰਿਟੀਕਲ ਜ਼ਿਆਦਾ ਹੈ ਉਧਰੋਂ ਏ ਲਗਾਤਾਰ ਖਾਲੀ ਚੱਲ ਰਿਹਾ ਹੈ ਡੀ ਫਿਰ ਵੀ ਫਿਲ ਹੈ ਸੀ ਵੀ ਲਗਾਤਾਰ ਖਾਲੀ ਚੱਲ ਰਿਹਾ ਹੈ ਇਟ ਮੀਨਸ ਇਸ ਜਗ੍ਹਾ ਦੇ ਖੇਸ਼ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਡੀ ਨੂੰ ਨਹੀਂ ਸਿਲੈਕਟ ਕਰਨਾ ਪਏਗਾ ਸਿਲੈਕਟ ਕਿਹਨੂੰ ਕਰਨਾ ਹੈ ਤੁਸੀਂ ਕਰੋਗੇ ਤਿੰਨਾਂ ਨੂੰ ਇਕੁਅਲੀ ਕਰ ਸਕਦੇ ਹਾਂ ਡਿਪੈਂਡ ਕਰਦਾ ਤੁਹਾਡਾ ਪ੍ਰੈਪਰੇਸ਼ਨ ਲੈਵਲ ਕਿੰਨਾ ਹੈ ਜੇ ਤੁਹਾਨੂੰ ਲੱਗਦਾ ਹੈ ਤਿਆਰੀ ਘੱਟ ਹੈ ਤਾਂ ਬੀ ਹੀ ਚੁਣੋ ਜੇ ਤਿਆਰੀ ਘੱਟ ਹੈ ਬੀ ਹੀ ਚੁਣੋ ਕਿਉਂਕਿ ਲਗਾਤਾਰ ਫੁੱਟਪ੍ਰਿੰਟ ਜੇ ਜਦੋਂ ਹੈ 25% ਪ੍ਰੋਬੇਬਿਲਿਟੀ ਇਸੇ ਤਰ੍ਹਾਂ ਹੀ ਹੈ ਤੁਸੀਂ ਕਹਿੰਦੇ ਹੋ 25% ਮਾਰਕਸ ਨਹੀਂ ਆਉਣੇ ਤੁਹਾਨੂੰ ਸਿੰਪਲ ਨੁਕਤਾ ਦੱਸ ਦਿੰਦਾ ਹਾਂ ਜੇ ਤੁਸੀਂ ਬੀ ਨੂੰ ਹੀ ਸਾਰੇ ਨੂੰ ਚੁਣ ਲਓ ਤੁਹਾਡੇ 27% ਮਾਰਕਸ ਤਾਂ ਆ ਹੀ ਜਾਣਗੇ ਘੱਟੋ ਘੱਟ ਔਰ ਕੁਛ ਕੁਸ਼ਚਨ ਤਾਂ ਤੁਹਾਨੂੰ ਆਉਂਦੇ ਹੀ ਹੋਣਗੇ ਕਿ ਇਸ ਲਈ ਕਿਸੇ ਵੀ ਡਰਨ ਦੀ ਜ਼ਰੂਰਤ ਨਹੀਂ ਹੈ ਨੈਕਸਟ ਆਪਸ਼ਨ ਦੇਖਦੇ ਹਾਂ ਅੱਛਾ ਇਹਦੇ ਵਿੱਚ ਵੀ ਦੇਖ ਲਈਏ ਯਾਰ ਇਹ ਵਾਲਾ ਵੀ ਇਹਦੇ ਵਿੱਚ ਕੀ ਹੈ ਕਿ ਇੱਥੇ ਡੀ ਲਗਾਤਾਰ ਖਾਲੀ ਚੱਲ ਰਿਹਾ ਹੈ ਲੇਕਿਨ ਬੀ ਜੇ ਇੱਥੇ ਮੈਂ ਲਗਾਉਣਾ ਹੈ ਟ੍ਰਿਪਲਿੰਗ ਹੋ ਰਹੀ ਹੈ ਨੌਲੇਜ ਘੱਟ ਹੈ ਪੇਪਰ ਵੀਕ ਤੁਹਾਡਾ ਤਿਆਰੀ ਘੱਟ ਹੈ ਅਤੇ ਬੀ ਨੂੰ ਹੀ ਚੁਣੋ ਜੇ ਤਿਆਰੀ ਜ਼ਿਆਦਾ ਹੈ ਤਾਂ ਬੀ ਨੂੰ ਨਾ ਚੁਣ ਕੇ ਉਹਦੇ ਗੁਆਂਢੀ ਨੂੰ ਚੁਣ ਲਓ ਜਾਂ ਬਹੁਤ ਲਗਾਤਾਰ ਜਿਹੜਾ ਆ ਰਿਹਾ ਹੈ ਉਸ ਨੂੰ ਚੁਣ ਲਓ ਜਾਂ ਕੁਸ਼ਚਨ ਨੂੰ ਦੇਖ ਕੇ ਇਹਨਾਂ ਦੋਨਾਂ 'ਚੋਂ ਕੁਸ਼ਚਨ ਨੂੰ ਪਲੱਸ ਦੇਖ ਕੇ ਇਹਨਾਂ ਦੋਨਾਂ ਨੂੰ ਚੁਣਿਆ ਜਾ ਸਕਦਾ ਹੈ ਕਿਉਂਕਿ ਇਹ ਸਭ ਤੋਂ ਵੱਧ ਰੈਂਡਮਸ ਇਹੀ ਨੇ ਇਸ ਕੇਸ ਦੇ ਵਿੱਚ ਦੋ ਫੁੱਟਪ੍ਰਿੰਟ ਇੱਥੇ ਪਹਿਲਾਂ ਆਏ ਆ ਦੋ ਫੁੱਟਪ੍ਰਿੰਟ ਇੱਥੇ ਆਏ ਹੈ ਤੁਸੀਂ ਧਿਆਨ ਨਾਲ ਦੇਖਿਆ ਸੀ ਜਿਹੜੇ ਫੁੱਟਪ੍ਰਿੰਟ ਅਸੀਂ ਦੇਖੇ ਸੀ ਉਹ 9 78 9 58 9 ਉਹਦੇ ਕਰੀਬ ਹੀ ਸਾਰੇ ਆ ਰਹੇ ਸੀ ਇਟ ਮੀਨਸ ਇਹ ਦੇਖਿਓ ਧਿਆਨ ਨਾਲ ਇੱਥੇ ਚੱਲਦੇ ਹਾਂ ਇਹ ਲਗਭਗ 10-10 ਦੇ ਗੈਪ ਲਗਾਤਾਰ ਇੱਕ ਇੱਕ ਛੱਡ ਕੇ ਅਗਲਾ ਫੁੱਟਪ੍ਰਿੰਟ ਆ ਰਿਹਾ ਇੱਦਾਂ ਵੀ ਨਹੀਂ ਹੋ ਰਿਹਾ ਇਹ ਐਨਾਲਿਸਿਸ ਨਵਾਂ ਹੈ ਦੇਖੋ ਇਹ 10-11 ਹੈ 10-11 ਤੋਂ ਬਾਅਦ ਫੁੱਟਪ੍ਰਿੰਟ ਬੀ ਦਾ ਸਿਰਫ ਗੱਲ ਹੋ ਰਹੀ ਹੈ 14-17 ਹੈ ਥੋੜ੍ਹਾ ਜਿਹਾ 3-4 ਕੁਸ਼ਚਨ ਦਾ ਫਰਕ ਹੈ ਫਿਰ 17 ਤੋਂ ਬਾਅਦ 31 ਹੈ ਨਾ 14-15-16 ਦਾ ਫਰਕ ਆ ਰਿਹਾ ਹੈ ਫਿਰ 43 ਹੈ ਫਿਰ 48 ਹੈ 58 ਹੈ 78 ਹੈ 89 ਹੈ 97 ਹੈ 120 ਹੈ 128 ਹੈ 135 ਹੈ ਇਹ ਨਵਾਂ ਅਨਾਲਿਸਿਸ ਹੁਣੇ ਹੋਇਆ ਅੱਬੀ ਹੋਇਆ ਤੁਹਾਡੇ ਸਾਹਮਣੇ ਹੈ ਕੀ ਹੈ ਕਿ ਜਦੋਂ ਅਸੀਂ ਐਨਾਲਿਸਿਸ ਕਰਦੇ ਹਾਂ ਸਾਡਾ ਬ੍ਰੇਨ ਉਸ ਤਰਫ ਚੱਲਣਾ ਸ਼ੁਰੂ ਹੋ ਜਾਂਦਾ ਹੈ ਇੱਥੇ ਜਾ ਕੇ ਹੁਣ ਇਹ ਦੇਖਣਾ ਹੈ ਕਿ ਕੀ ਮੈਨੂੰ ਇਹ ਹੈ ਉਸ ਪ੍ਰਿੰਸੀਪਲ ਨੇ ਕੀ ਗਾਈਡ ਕੀਤਾ ਕਿ ਇਹ ਫੁੱਟਪ੍ਰਿੰਟ ਇੱਥੇ ਆਇਆ ਹੈ ਥੱਲੇ ਫੁੱਟਪ੍ਰਿੰਟ ਇੱਕਦਮ ਬਣਿਆ ਹੈ ਨਾ ਪ੍ਰਿੰਸੀਪਲ ਕੀ ਗਾਈਡ ਕੀਤਾ 100% ਬੀ ਨੂੰ ਇੱਥੇ ਨਾ ਚੁਣਿਆ ਜਾਵੇ ਬੇਸ਼ੱਕ ਬੀ ਸਭ ਤੋਂ ਜ਼ਿਆਦਾ ਹੁੰਦੀ ਹੈ ਜੇ ਬਹੁਤ ਜ਼ਿਆਦਾ ਘੱਟ ਤਿਆਰੀ ਹੋਈ ਹੈ ਉਹ ਵਾਲਾ ਬੰਦਾ ਚੁਣ ਲਏ ਅਦਰਵਾਈਜ਼ ਕਿਉਂਕਿ ਨੇੜੇ ਨੇੜੇ ਫੁੱਟਪ੍ਰਿੰਟ ਨਹੀਂ ਆਉਂਦੇ ਇੱਕ ਗੱਲ ਨੂੰ ਇਹਨੂੰ ਸਮਝੋ ਫੁੱਟਪ੍ਰਿੰਟ ਨੇੜੇ ਨੇੜੇ ਵਾਲੇ ਨਹੀਂ ਆਉਂਦੇ ਘੱਟੋ ਘੱਟ 5 7 8 10 ਦਾ ਗੈਪ ਨੋਰਮਲੀ ਦਿਖਾਈ ਦੇ ਰਿਹਾ ਹੈ ਗੈਪ ਓਕੇ ਤੋਂ ਥੱਲੇ ਵੀ ਰਾਈਟ ਆਂਸਰ ਇਹਦੇ ਹੈਗੇ ਆ ਦੈਟ ਇਜ਼ ਵਾਈ ਇਹਨੂੰ ਨਾ ਚੂਜ਼ ਕਰਕੇ ਇੱਥੇ ਸੀ ਨੂੰ ਚੂਜ਼ ਕੀਤਾ ਜਾਵੇ ਇਹ ਬੈਟਰ ਹੈ ਅੱਗੇ ਚੱਲਦੇ ਇੱਕ ਅੱਧੀ ਐਗਜ਼ਾਮਪਲ ਦੇ ਕੇ ਮੇਰੇ ਖਿਆਲ ਵਿੱਚ ਤੁਸੀਂ ਪੜ੍ਹਨਾ ਵੀ ਹੋਏਗਾ ਇਹ ਫਿਰ ਕੇਸ ਰਿਪੀਟ ਹੈ ਕਿ ਜਲਦੀ ਜਲਦੀ ਹੈ ਦੋ ਦੇ ਗੱਪਖਵੇ 'ਚੋਂ ਇੱਦਾਂ ਨਹੀਂ ਹੋ ਸਕਦਾ ਕਿ ਇਹ ਵਾਲਾ ਵੀ ਹੋ ਕੇ ਅਤੇ ਲਗਾਤਾਰ ਉਹ ਬਣ ਜਾਵੇ ਜੇ ਬਹੁਤ ਕੁਛ ਵੀ ਨਹੀਂ ਪੜ੍ਹੇ
इन्नी माड़ी हालत है, फिर ये चूज़ करो, अदरवाइज इस नू चूज़ नहीं करना, ये नहीं चूज़ करना, नहीं चूज़ करना। चूज़ की करोगे ये सी इतने आ गया, इतने ए ते डी चूज़ करोगे, आइदर डी और आइदर ए। ओके, मेरे ख्याल काफ़ी है। दूसरा वीडियो जड़ा ये बी नहीं आ रहा, कोई फुटप्रिंट नहीं बन रहा। ओके, इतने भी कोई फुटप्रिंट नहीं है, इतने मैं बी नू ही प्रैफर करांगा। ये बी तो ये कोई फुटप्रिंट नहीं बनया, इतने फुटप्रिंट बन रहा है तो मैं, मेरी ये चांस है कि हाँ फुटप्रिंट बन सकता है, इसलिए मैं इनू चुन लाँगा। यह सा बी एड का गुरु नानक देव यूनीवर्सिटी का एनालिसिस कह रहा कि फुटप्रिंट बनता बनी जाए। ओके, तो क्योंकि अगला इस तो परे वाला है, पिछला क्वेश्चन जोड़ा इस तो परे वाला है, दैट इज़ इतने फुटप्रिंट बना सकते हैं। सो कंकलूजन की कड़े है बहुत है ना, होर एग्जाम्पल है कि दो वाले फुटप्रिंट बहुत रिपीट हो जाते हैं। टोटल केसिस अभी दे सके है ए बी सी डी, चारा विच चार चार मिनिमम है, बारह बी विच आई है, नॉर्मली बी की टेंडेंसी ज़्यादा है, जरूरी नहीं है कि इस बार वी बी ही ज़्यादा होएगा, पर यह सोचा जा सकता है जो तो फुटप्रिंट लाना है कि बी दी उन्हें प्रैफर किया जा सकता है। नॉर्मल असी पहला प्रैक्टिस कर रहे हैं, जिहड़ा एरिया खाली ज़्यादा दीदा है जो तैयारी की हुई है, तो जे खाली रह गया है कोशिश करनी है उसनों भरन की, तो थोड़ी जी टेंडेंसी बायसनैस जिदा पेपर सैटर की असं पिछे देखी है, बी विच दिख ज़्यादा दिखी है, थोड़ी जी सी च दिखी है, तो उसनों तुसीं प्रैफर कर सकते हैं। पर ए बी सी डी का एनालिसिस 2022 का नैक्सट वीडियो मिल जाएगा। थैंक यू डॉक्टर तीरथ सिंह।